ਹੁਸ਼ਿਆਰਪੁਰ ਵਿਖੇ ਕੌਮੀ ਲੋਕ ਅਦਾਲਤ ਮਿਤੀ 8 ਅਪ੍ਰੈਲ ਨੂੰ ਲਗਾਈ ਜਾ ਰਹੀ ਹੈ। ਇਸ ਬਾਰੇ ਗੱਲਬਾਤ ਕਰਦੇ ਹਾਂ ਸੀਜੀਐਮ ਹੁਸ਼ਿਆਰਪੁਰ ਸ਼੍ਰੀ ਰਵੀ ਗੁਲਾਟੀ ਜੀ ਨੇ ਦੱਸਿਆ। ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ ਨਿਊਜ਼। ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਅਤੇ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 8/4/2017 ਨੂੰ ਹੁਸ਼ਿਆਰਪੁਰ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਲੋਕ ਅਦਾਲਤ ਵਿੱਚ ਟੋਟਲ 9 ਬੈਂਚ ਬਣਾਏ ਜਾਣਗੇ, ਜਿਨ੍ਹਾਂ ਵਿੱਚ 6 ਬੈਂਚ ਹੁਸ਼ਿਆਰਪੁਰ ਸ਼ਹਿਰ ਵਿੱਚ ਬੈਠਣਗੇ ਅਤੇ ਇੱਕ ਇੱਕ ਬੈਂਚ ਗੜਸ਼ੰਕਰ, ਦਸੂਹਾ ਅਤੇ ਮੁਕੇਰੀਆਂ ਕੋਟਾਂ ਵਿੱਚ ਲਗਾਇਆ ਜਾਏਗਾ। ਇਸ ਲੋਕ ਅਦਾਲਤ ਵਿੱਚ ਹਰ ਤਰ੍ਹਾਂ ਦੇ ਦੀਵਾਨੀ ਕੇਸ, ਕ੍ਰਿਮੀਨਲ ਕੰਪਾਊਂਡੇਬਲ ਕੇਸਿਸ, ਚੈੱਕਾਂ ਦੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਥੱਲੇ ਕੇਸਿਸ, ਰੈਵਨਿਊ ਦੇ ਕੇਸਿਸ, ਵਾਟਰ ਇਲੈਕਟ੍ਰਿਸਿਟੀ, ਬੈਂਕ ਰਿਕਵਰੀ ਕੇਸਿਸ, MACT ਕੇਸਿਸ, ਇਹ ਸਾਰੇ ਤਰ੍ਹਾਂ ਦੇ ਕੇਸਿਸ ਜਿਹੜੇ ਹੈਗੇ ਨੇ ਲੋਕ ਅਦਾਲਤ ਵਿੱਚ ਲਗਾ ਕੇ ਅਤੇ ਲੋਕਾਂ ਦਾ ਝਗੜਾ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅੱਜ ਤੱਕ ਦੀ ਅਗਰ ਫਿਗਰ ਲਈਏ ਤਾਂ ਆਪਾਂ 1000 ਤੋਂ ਲੈ ਕੇ 1200 ਕੇਸ ਤੱਕ ਆਈਡੈਂਟੀਫਾਈ ਕਰ ਚੁੱਕੇ ਹਾਂ ਜਿਹੜੇ ਇਸ ਲੋਕ ਅਦਾਲਤ ਵਿੱਚ ਰੱਖੇ ਜਾਣਗੇ। ਉਮੀਦ ਹੈ ਕਿ ਇਹ ਵਾਲੀ ਜਿਹੜੀ ਫਿਗਰ ਹੈਗੀ ਹੈ ਇਹ 1500 ਤੱਕ ਪਹੁੰਚ ਜਾਏਗੀ। ਲੋਕ ਅਦਾਲਤਾਂ ਦੇ ਰਾਹੀਂ ਝਗੜੇ ਮੁਕਾਉਣ ਦਾ ਜੋ ਉਦੇਸ਼ ਇਹ ਹੁੰਦਾ ਹੈ ਕਿ ਉਹਦੇ ਨਾਲ ਇੱਕ ਤਾਂ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਜਿਹੜੀ ਲੋਕ ਅਦਾਲਤ ਦੀ ਡਿਗਰੀ ਹੁੰਦੀ ਹੈ ਉਹਨੂੰ, ਜਿਹੜੀ ਲੋਕ ਅਦਾਲਤ ਦਾ ਅਵਾਰਡ ਹੁੰਦਾ ਵਾ ਉਹਨੂੰ ਡਿਗਰੀ ਦੀ ਮਾਨਤਾ ਪ੍ਰਾਪਤ ਹੁੰਦੀ ਹੈ ਅਤੇ ਝਗੜਾ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ।